ਜਦ ਆਪਾਂ ਸਕੂਲ ਵਿੱਚ ਪੜ੍ਹਦੇ ਸੀਗੇ ਉਸ ਵੇਲੇ ਸਾਡੀ ਕਲਾਸਰੂਮ ਵਿੱਚ ਕਿਸੇ ਬੱਚੇ ਨੂੰ ਡਾਇਬੀਟੀਜ਼ ਹੁੰਦੀ ਹੋ ਜਾਂ ਬੱਚਿਆਂ ਨੂੰ ਅਸਥਮਾ ਹੁੰਦਾ ਹੋਵੇ, ਬੱਚਿਆਂ ਨੂੰ ਐਗਜ਼ੀਮਾ ਹੁੰਦਿਆ ਹੋਵੇ, ਬੱਚਿਆਂ ਨੂੰ ਅਟੈਂਸ਼ਨ ਡੈਫੀਸਿਟ ਡਿਸਆਰਡਰ ਹੁੰਦਾ ਹੋਵੇ ਜਾਂ ਕੋਈ ਐਲਰਜੀ ਹੁੰਦੀ ਹੋਵੇ, ਇਸ ਤਰ੍ਹਾਂ ਦੀ ਕਹਾਣੀਆਂ ਅਸੀਂ ਪਹਿਲਾਂ ਨਹੀਂ ਸੁਣੀਆਂ ਸੀ ਜਦ ਆਪਾਂ ਛੋਟੇ ਹੁੰਦੇ ਸੀ। ਅੱਜ ਇਸ ਤਰ੍ਹਾਂ ਦਾ ਕੀ ਹੋ ਰਿਹਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਬਿਮਾਰੀਆਂ ਲੱਗ ਰਹੀਆਂ ਨੇ? ਸੋ ਬਹੁਤ ਸਾਰੇ ਦੁਨੀਆ ਦਾ ਲੋਕਾਂ ਦਾ ਇਸ ਬਾਰੇ ਕੰਸਰਨ ਗਿਆ, ਇਹ ਉਹਨਾਂ ਨੇ ਸੋਚਿਆ ਕਿ ਇਹ ਕਿਉਂ ਹੋ ਰਿਹਾ ਹੈ। ਸਪੈਸ਼ਲੀ ਡਾਕਟਰਸ ਨਰਸਿਸ ਨੇ ਕੋਸ਼ਿਸ਼ ਕੀਤੀ ਸਮਝਣ ਦੀ ਕਿ ਕਿਉਂ ਹੋ ਰਿਹਾ ਹੈ, ਅਤੇ ਉਹਨਾਂ ਨੇ ਸੋਚਿਆ ਬੱਚਿਆਂ ਨੇ ਕਿਹੜਾ ਗਲਤ ਕੰਮ ਕੀਤਾ ਜਾਂ ਗਲਤ ਚੀਜ਼ਾਂ ਖਾਧੀਆਂ ਜਾਂ ਗਲਤ ਚੀਜ਼ਾਂ ਪੀਤੀਆਂ ਜਿਸ ਕਰਕੇ ਇਹ ਬਿਮਾਰੀਆਂ ਉਹਨਾਂ ਨੂੰ ਲੱਗ ਗਈਆਂ। ਸੋ ਧਿਆਨ ਗਿਆ ਉਹਨਾਂ ਦਾ ਵੈਕਸੀਨੇਸ਼ਨਸ ਵੱਲ, ਯਾਨੀ ਛੋਟੇ ਬੱਚਿਆਂ ਨੂੰ ਪੈਦਾ ਹੁੰਦੇ ਸਾਰ ਹੀ ਵਾਈਟਾਮਿਨ ਕੇ ਸ਼ੋਟ, ਫਿਰ ਹੈਪੇਟਾਈਟਿਸ ਬੀ ਸ਼ੋਟ, ਉਸ ਤੋਂ ਬਾਅਦ ਡੀ ਟੈਪ ਵੈਕਸੀਨ, ਉਸ ਤੋਂ ਬਾਅਦ ਹੋਰ ਕਰਦੇ ਕਰਦੇ ਕਿੰਨੀ ਸਾਰੀ MMR, ਬਹੁਤ ਸਾਰੀ ਵੈਕਸੀਨਸ ਲਗਾਈਆਂ ਜਾਂਦੀਆਂ ਨੇ। ਸੋ ਇਹਨਾਂ ਵੈਕਸੀਨਸ ਨੂੰ ਪ੍ਰਿਸਕ੍ਰਾਈਬ ਤਾਂ ਕੀਤਾ ਜਾਂਦਾ ਡਾਕਟਰਸ ਵੱਲੋਂ, ਹੋਸਪਿਟਲਸ ਵੱਲੋਂ, ਬਟ ਕੀ ਇਹ ਸੱਚੀ ਵਿੱਚ ਸਾਨੂੰ ਕਿਸੇ ਬਿਮਾਰੀ ਤੋਂ ਬਚਾਉਂਦਾ ਹੈ, ਯਾਨੀ ਇਜ਼ ਇਟ ਇਫੈਕਟਿਵ? ਔਰ ਦੂਜਾ ਕੁਐਸਚਨ ਹੈ ਕਿ ਇਹ ਸਾਈਡ ਇਫੈਕਟਸ ਤੋਂ ਕੋਈ ਸਾਈਡ ਇਫੈਕਟ ਤਾਂ ਨਹੀਂ ਕਰੇਗਾ, ਇਜ਼ ਇਟ ਸੇਫ? ਸੋ ਡਾਕਟਰਸ ਐਂਡ ਫਾਰਮਾਸੂਟੀਕਲ ਕੰਪਨੀਜ਼, ਦੇਖੋ ਜੋ ਵੀ ਕੋਈ ਬ੍ਰਾਂਡ ਹੈ ਉਹ ਆਪਣੀ ਤਾਂ ਪ੍ਰਮੋਸ਼ਨ ਕਰਨ ਵਾਸਤੇ ਕਹੇਗੀ ਕਿ ਸਭ ਤੋਂ ਹੀ ਸਾਡਾ ਪ੍ਰੋਡਕਟ ਹੀ ਸਭ ਤੋਂ ਵਧੀਆ ਹੈਗਾ। ਸਿਮਿਲਰਲੀ ਫਾਰਮਾਸੂਟੀਕਲ ਕੰਪਨੀਜ਼ ਵੀ ਕਹਿੰਦੀਆਂ ਨੇ ਸਾਡੇ ਜਿਹੜੇ ਟੀਕੇ ਨੇ, ਇੰਜੈਕਸ਼ਨ ਨੇ, ਇਹ ਸੇਫ ਐਂਡ ਇਫੈਕਟਿਵ ਨੇ। ਪਰ ਇਹਦਾ ਸਬੂਤ ਕੀ ਹੈ, ਐਵੀਡੈਂਸ ਕੀ ਹੈ ਕਿ ਇਸ ਤਰ੍ਹਾਂ ਦੀ ਕੋਈ ਸਟੱਡੀ ਹੋਈ ਜਿਹਦੇ ਵਿੱਚ 10,000 ਬੱਚਿਆਂ ਨੇ ਟੀਕਾ ਕੋਈ ਵੀ ਨਹੀਂ ਲਗਵਾਇਆ ਅਤੇ 10,000 ਬੱਚਿਆਂ ਨੇ ਸਾਰੇ ਟੀਕੇ ਲਗਵਾਏ, ਅਤੇ 10 ਸਾਲ ਬਾਅਦ ਰਿਸਰਚ ਕੀਤਾ ਗਿਆ ਕਿ ਕਿਹੜਾ ਗਰੁੱਪ ਜ਼ਿਆਦਾ ਸਵਸਥ ਸੀਗਾ? ਇਸ ਤਰ੍ਹਾਂ ਦਾ ਕੋਈ ਰਿਸਰਚ ਕਿਸੇ ਫਾਰਮਾਸੂਟੀਕਲ ਕੰਪਨੀ ਨੇ ਜਾਂ ਕਿਸੇ ਸਰਕਾਰੀ ਏਜੰਸੀ ਨੇ ਕਦੀ ਸਾਹਮਣੇ ਨਹੀਂ ਲੈ ਕੇ ਆਉਂਦਾ। ਕੁਛ ਸਿਆਣੇ ਡਾਕਟਰਸ ਨੇ, ਕੁਛ ਸਿਆਣੇ ਰਿਸਰਚਰਸ ਨੇ ਆਪਣੇ ਉੱਤੇ ਇੰਡੀਪੈਂਡੈਂਟਲੀ ਇਹਨਾਂ ਨੇ ਕੰਮ ਕਰਨਾ ਸੋਚਿਆ, ਈਵਨ ਦੋ ਦੈਟ ਵਾਸ ਵੈਰੀ ਰਿਸਕੀ। ਅਤੇ ਉਹਦੇ ਵਿੱਚ ਮੈਂ ਇੱਕ ਡਾਕਟਰ ਦਾ ਨਾਮ ਲਵਾਂਗਾ, ਅਮੈਰੀਕਾ ਦਾ ਡਾਕਟਰ ਹੈ ਡਾਕਟਰ ਪੌਲ ਥੋਮਸ MD, ਜੋ ਪੀਡੀਆਟ੍ਰਿਕਸ ਯਾਨੀ ਬੱਚਿਆਂ ਦੇ ਡਾਕਟਰ ਹੈਗੇ। ਉਹਨਾਂ ਕੋਲ 10,000 ਤੋਂ ਉੱਤੇ ਬੱਚੇ ਸੀਗੇ ਉਹਨਾਂ ਦੀ ਪ੍ਰੈਕਟਿਸ ਵਿੱਚ, ਸੋ ਹੀ ਵਾਸ ਦਾ ਰਾਈਟ ਪਰਸਨ ਟੂ ਡੂ ਦੈਟ ਰਿਸਰਚ। ਸੋ ਉਹਨਾਂ ਨੇ ਰਿਸਰਚ ਵਿੱਚ ਕੀ ਕੀਤਾ, ਉਹਨਾਂ ਨੇ ਲਗਾਤਾਰ ਰਿਕਾਰਡ ਰੱਖਣਾ ਸ਼ੁਰੂ ਕੀਤਾ ਕਿ ਮੇਰੇ ਕੋਲ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦਾ ਵੈਕਸੀਨ ਸਟੇਟਸ ਕੀ ਹੈ। ਆਫਟਰ ਸਮ ਈਅਰਸ ਹੀ ਫਾਊਂਡ ਆਊਟ ਕਿ ਜਿਹੜੇ ਬੱਚਿਆਂ ਨੇ ਕੋਈ ਵੀ ਟੀਕਾ ਨਹੀਂ ਲਿਆ ਸੀਗਾ ਉਹ ਬੱਚੇ ਮੇਰੇ ਕੋਲ ਸਭ ਤੋਂ ਘੱਟ ਆਉਂਦੇ ਹੈ, ਅਤੇ ਜਿਹੜੇ ਬੱਚਿਆਂ ਨੇ ਸਾਰੇ ਟੀਕੇ ਲਾਏ ਸੀ ਉਹੀ ਸਭ ਤੋਂ ਜ਼ਿਆਦਾ ਮੇਰੇ ਕੋਲ ਆਉਂਦੇ ਨੇ। ਹੁਣ ਡਾਕਟਰ ਕੋਲ ਜ਼ਿਆਦਾ ਕੌਣ ਆਉਂਦਾ ਹੈ? ਪੇਸ਼ੈਂਟ ਤਾਂ ਬਿਮਾਰ ਜਿਹੜਾ ਹੈਗਾ, ਅਤੇ ਜਿਹੜਾ ਬਿਮਾਰ ਹੀ ਨਹੀਂ ਹੈ ਉਹਨੂੰ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ ਹੈ? ਨਹੀਂ ਪੈਂਦੀ। ਸੋ ਉਸਨੇ ਫਿਰ ਇਹ ਰਿਸਰਚ ਵਿੱਚ ਫਾਈਂਡਿੰਗਸ ਵਿੱਚ ਲਿਖ ਕੇ ਦਿੱਤਾ ਕਿ ਜੇ ਆਪਾਂ ਸਟੱਡੀ ਕੀਤਾ ਵੈਕਸੀਨੇਟਡ ਐਂਡ ਅਨਵੈਕਸੀਨੇਟਡ ਗਰੁੱਪ, ਅਤੇ ਪਤਾ ਲੱਗਿਆ ਕਿ ਜਿਹੜੇ ਬੱਚੇ ਨੇ ਟੀਕੇ ਜ਼ਿਆਦਾ ਲਗਵਾਏ ਸੀ ਉਹਨਾਂ ਵਿੱਚ ਹੀ ਅਸਥਮਾ, ਐਗਜ਼ੀਮਾ, ਐਲਰਜੀਜ਼, ਅਟੈਂਸ਼ਨ ਡਿਫੈਸਿਟ ਡਿਸਆਰਡਰਸ ਔਰ ਜਿੰਨੀ ਵੀ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਉਹ ਐਟਲੀਸਟ ਡਬਲ ਹੈਗੀਆਂ ਕੰਪੇਅਰ ਟੂ ਅਨਵੈਕਸੀਨੇਟਡ ਗਰੁੱਪਸ। ਔਰ ਅਸਥਮਾ ਔਰ ਐਲਰਜੀ ਵਾਲੀ ਬਿਮਾਰੀਆਂ ਤਾਂ ਲਗਭਗ 4-5 ਗੁਣਾ ਵੈਕਸੀਨੇਟਡ ਗਰੁੱਪਸ ਵਿੱਚ ਜ਼ਿਆਦਾ ਹੈਗੀਆਂ। ਔਰ ਜਦ ਇਹ ਰਿਸਰਚ ਸਾਹਮਣੇ ਆਇਆ ਉਹਦਾ ਲਾਇਸੈਂਸ ਸਭ ਤੋਂ ਪਹਿਲਾਂ ਕੈਂਸਲ ਹੋ ਗਿਆ ਡਾਕਟਰ ਦਾ, ਕਿਉਂਕਿ ਉਹਨੇ ਸੱਚ ਪ੍ਰਗਟ ਕਰਤਾ ਇਹ ਵਾਲਾ ਟੀਕਿਆਂ ਦਾ। ਅਤੇ ਜਿਵੇਂ ਹੀ ਉਹਨਾਂ ਦੇ ਪ੍ਰੋਫਿਟ ਨੂੰ ਨੁਕਸਾਨ ਪਹੁੰਚਣਾ ਸੀ ਦਵਾਈ ਕੰਪਨੀਆਂ ਵਾਲੇ ਦੇ, ਉਹਨਾਂ ਨੇ ਮੈਡੀਕਲ ਬੋਰਡ ਨੂੰ ਕੰਟੈਕਟ ਕੀਤਾ, ਉਹਨਾਂ ਨੇ ਕਿਹਾ ਬਈ ਇਹਦਾ ਲਾਇਸੈਂਸ ਰੱਦ ਕਰੋ, ਅਤੇ ਉਹਦਾ ਹੋ ਗਿਆ ਲਾਇਸੈਂਸ ਰੱਦ। ਸੋ ਕਿਸੇ ਤਰ੍ਹਾਂ ਕਰਕੇ ਹੁਣ ਵੀ ਉਹਨਾਂ ਦੀ ਬੁੱਕਸ ਜਿਹੜੀਆਂ ਹੈਗੀਆਂ ਔਨਲਾਈਨ ਹੈਗੀਆਂ। ਅਮੈਰੀਕਾ ਵਰਗੀ ਕੰਟਰੀ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਵੈਕਸੀਨਸ ਲਗਾਈਆਂ ਜਾਂਦੀਆਂ ਨੇ, ਆਲਮੋਸਟ 72 ਬਾਏ ਦਾ ਏਜ ਆਫ 18, ਅਤੇ ਅਮੈਰੀਕਾ ਵਰਗੀ ਕੰਟਰੀਆਂ ਵਿੱਚ ਹੀ ਅੰਡਰ 5 ਈਅਰ ਮੋਰਟੈਲਿਟੀ ਰੇਟ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਈ ਹੈ। ਯਾਨੀ ਕਿ ਤੁਹਾਨੂੰ ਪਤਾ ਹੋਏਗਾ ਕਿ ਛੋਟੇ ਛੋਟੇ ਬੱਚੇ ਵੀ ਕੁਛ ਹਜ਼ਾਰ ਵਿੱਚੋਂ ਕੁਛ 4 ਜਾਂ 5 ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਵਿਦਇਨ 1 ਈਅਰ ਪੈਦਾ ਹੋਣ ਤੋਂ 1 ਸਾਲ ਦੇ ਅੰਦਰ ਉਹਨਾਂ ਦੀ ਡੈਥ ਹੋ ਜਾਂਦੀ ਹੈ। ਔਰ ਇਹ ਦੇਖਿਆ ਗਿਆ ਜਿਹੜੇ ਦੇਸ਼ਾਂ ਵਿੱਚ ਜ਼ਿਆਦਾ ਟੀਕੇ ਲੱਗਦੇ ਨੇ ਉਹਨਾਂ ਵਿੱਚ ਇਸ ਪ੍ਰਕਾਰ ਡੈਥ ਜ਼ਿਆਦਾ ਹੁੰਦੀਆਂ ਨੇ। ਅਮੈਰੀਕਾ ਵਿੱਚ ਟੀਕੇ ਜ਼ਿਆਦਾ ਲੱਗਦੇ ਨੇ, ਬੱਚਿਆਂ ਦੀ ਡੈਥ ਵੀ ਜ਼ਿਆਦਾ ਹੁੰਦੀ ਹੈ। ਸੋ ਦੈਟ ਸ਼ੋਜ਼ ਅ ਕੋਰਿਲੇਸ਼ਨ ਕਿ ਇਹ ਜਿਹੜੇ ਟੀਕੇ ਨੇ ਲੌਂਗ ਟਰਮ ਵਿੱਚ ਜਾ ਕੇ ਸਾਡੀ ਹੈਲਥ ਨੂੰ ਖਰਾਬ ਕਰ ਰਹੇ ਨੇ। ਹੁਣ ਤੁਸੀਂ ਕਹੋਗੇ ਕਿ ਇਹ ਮੈਂ ਗੱਲ ਵੱਖਰੀ ਕਰ ਰਿਹਾ, ਲੇਕਿਨ ਜਿਹੜੇ ਦੁਨੀਆ ਦੇ ਸਾਰੇ ਡਾਕਟਰਸ ਨੇ, ਸਾਰੇ ਹੋਸਪਿਟਲਸ ਨੇ, ਇਹ ਤਾਂ ਕੁਝ ਹੋਰ ਹੀ ਕਹਿ ਰਹੇ ਨੇ। ਹਮੇਸ਼ਾ ਯਾਦ ਰੱਖੋ ਜਿਹੜਾ ਸਿੱਖ ਹੈਗਾ ਨਾ, ਸਿੱਖ ਹਮੇਸ਼ਾ ਸੱਚ ਨੂੰ ਦੇਖਦਾ, ਸੱਚ ਨੂੰ। ਉਹ ਇਹ ਨਹੀਂ ਦੇਖਦਾ ਕਿ ਆਪਣਾ ਜਗਮੀਤ ਸਿੰਘ ਕੀ ਕਹਿ ਰਿਹਾ ਜਾਂ ਟਰੂਡੋ ਕੀ ਕਹਿ ਰਿਹਾ ਜਾਂ ਮੋਦੀ ਕੀ ਕਹਿ ਰਿਹਾ ਜਾਂ ਡਾਕਟਰ TV 'ਤੇ ਕੀ ਕਹਿ ਰਹੇ ਨੇ, ਉਹ ਦੇਖਦਾ ਕਿ ਸੱਚ ਕੀ ਹੈ। ਅਤੇ ਜਦ ਤੱਕ ਉਹਨੂੰ ਨਹੀਂ ਸਮਝ ਲੱਗ ਰਿਹਾ ਕਿ ਬਈ ਸੱਚ ਐਗਜੈਕਟਲੀ ਕਨਫਿਊਜ਼ਡ ਹੈ, ਤਦ ਤੱਕ ਵੇਟ ਕਰਦਾ, ਰਿਸਰਚ ਕਰਦਾ, ਜਦ ਤੱਕ ਸਹੀ ਨਿਸ਼ਾਨੇ 'ਤੇ ਨਹੀਂ ਪਹੁੰਚਦਾ ਤਦ ਤੱਕ ਡਿਸੀਜਨ ਨਹੀਂ ਲੈਂਦਾ। ਸੋ ਇਹ ਬੁੱਕ ਵਿੱਚ ਅਸੀਂ ਉਹ ਸਾਰੇ ਐਵੀਡੈਂਸ ਪਾਏ ਆ, ਪਿਛਲੇ 20-25 ਸਾਲਾਂ ਦਾ ਰਿਸਰਚ ਪਾਇਆ ਹੈ ਹਰ ਟੋਪਿਕ ਦੇ ਉੱਤੇ, ਕਿਹੜੀ ਕਿਹੜੀ ਵੈਕਸੀਨ ਲੈਣ ਤੋਂ ਬਾਅਦ ਕੀ ਕੀ ਨੁਕਸਾਨ ਹੋ ਸਕਦਾ ਹੈਗਾ, ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਨੇ ਕੀ ਲਿਖਿਆ। ਸੋ ਇਹ ਸਾਰੀ ਚੀਜ਼ਾਂ ਨੇ ਮੈਂ ਤੁਹਾਨੂੰ ਦੱਸਦਾ। ਬ੍ਰੈਂਪਟਨ ਵਿੱਚ ਇੱਕ ਛੋਟਾ ਜਿਹਾ ਮੁੰਡਾ ਹੈਗਾ, ਉਹ 11-12 ਸਾਲ ਦਾ, ਜਦੋਂ ਉਹਨੇ ਕੋਵਿਡ ਦਾ ਟੀਕਾ ਲਗਵਾਇਆ ਸੀਗਾ ਲਗਾਤਾਰ 2 ਹਫ਼ਤੇ ਤੱਕ ਉਹਨੂੰ ਬੁਖਾਰ ਰਿਹਾ, ਉਸ ਤੋਂ ਬਾਅਦ ਉਹਨੂੰ ਡਾਇਬਿਟੀਜ਼ ਡਿਟੈਕਟ ਹੋ ਗਈ। ਪਰ ਜਿਹੜੀ ਬੱਚਿਆਂ ਦੀ ਡਾਇਬਿਟੀਜ਼ ਹੈ ਉਹਦੇ ਵਿੱਚ ਤੁਸੀਂ ਜਿੰਨੀ ਵਾਰ ਰੋਟੀ ਖਾਓਗੇ, ਉੰਨੀ ਵਾਰ ਤੁਹਾਨੂੰ ਇੰਜੈਕਸ਼ਨ ਲਗਵਾਉਣਾ ਪਏਗਾ,
अदरवाइज़ वो फूड जो बॉडी में लगेगा नहीं एंड तुसी तुहाडी बॉडी अंदरों खराब अखा खराब की लिवर खराब किडनी खराब वो खराब होनी शुरू हो जाएगियाँ। सो इस प्रकार की बीमारियाँ, सो अजकल बच्चों में कैंसर भी सुनिया होगा कि फंड रेजिंग होंगी है ना। हुण देखो फंड रेजिंग मैं देखिया ग्रुपों में शेयर होंगे वट्सएप में कि इन्ने हज़ार इन्होंने वास्ते इकट्ठे करो कि इन्हों कैंसर की ट्रीटमेंट लेनी हैगी है। ये हैगा रिएक्टिव रिस्पोंस, रिएक्टिव मतलब कि बीमारी हो गई उस तो बाद आप इकट्ठी कर रहे हैं और वो भी जी थैरेपी होएगी वो कैंसर की वो भी कोई गरंटी नहीं है कि वो ठीक होएगा क्योंकि वो सिर्फ पैसे जाते हैं कंपनी को अपनी थैरेपी करती है बच्चा भी नहीं बचता और डेट मनी भी वेस्ट हो जाती है। सो एक प्रोएक्टिव की है, प्रोएक्टिव जिहड़ा सिख है मंदा मूल ना कीची दे लम्मी नज़र निहाली है। लम्मी मतलब कि फोर साइट, पहला तो इतों ही देखो कि अगे की है उस तरह का मतलब कि चलते 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 खड्डे में गिरन तो बैटर है कि पहला किसी तो पूछ लो कि भाई अगे रस्ता दस दे भी उन्हें देखा कि खड्डा अगे तो तुम आप अपना साइड तो निकल गए। सो पहला जिहड़ा प्रोएक्टिव रिसर्च है ना वो करना सानू जरूरी है। सो इस बुक में वो सारा एविडेंस असी पाया है जिहड़ा तुम पढ़ के एक इनफॉर्म डिसीजन ले सकते हो, इनफॉर्म डिसीजन। मैं यही कहता कि तुम टीका लाओ या ना लाओ, मैं ये कहता कि तुसी रिसर्च करो, दोवें साइड की गल्लां सुनो, दोवें साइड रिसर्च स्टडी करो और जिससे तुहाड़ा मन मनता है जिससे तुहानू लगता है कि हाँ ये गल ठीक है उसनू फॉलो करो क्योंकि रीजन उहदा ये है जिहड़ी साडी नैक्सट आन वाली जनरेशनस ने उन्हां नू असी की देना चाहते हैं। अज साडे हवा विच पानी विच कैमिकल मिलाया जा रहा है, साडे खाने विच कैमिकल मिलाए जा रहे हैं, साडा जिहड़ा दुध हैगा पैस्चराइज होमोजनाइज होकर आता है, शुगर जिहड़ी है साडी वाइट आती है रिफाइंड आती है, हर तरह की बीमारियां वर्दियां जा रही ने। सो आने वाली जनरेशन वास्ते किन्ना चैलेंजिंग टाइम होएगा तो उहदे विच ग्रोइंग वैक्सीनेशन इज कॉजिंग दैम डिजीज।